ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਸੋਹਣੀ ਮੋਲਾ ਦੀ ਆ ਉਸ ਦਾ ਅਗਲਾ ਇਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਪਿਛਲੇ ਭਾਗ ਵਿੱਚ ਅਸੀਂ ਦੇਖਿਆ ਸੀ ਕਿ ਗੁਰਸਿੱਖ ਨੂੰ ਕੁਦਰਤ ਮਰਨ ਤੋਂ ਬਾਅਦ ਦੇ ਸਮੇਂ ਦਾ ਨਕਸ਼ਾ ਉਸ ਦੇ ਸਾਹਮਣੇ ਲਿਆਉਂਦੀ ਹੈ ਉਹ ਸਭ ਕੁਝ ਦੇਖ ਕੇ ਉਸ ਦੇ ਮਨ ਵਿੱਚ ਆਉਂਦਾ ਹੈ ਕਿ ਗੁਰਬਾਣੀ ਵੀ ਤਾਂ ਜੋ ਕੁਝ ਲਿਖਿਆ ਹੈ ਉਹ ਸੱਚ ਹੈ ਕਿਉਂ ਨਾ ਮੈਂ ਇਹ ਉਪਦੇਸ਼ ਜਗਤ ਨੂੰ ਦੇ ਕੇ ਉਹਨਾਂ ਦਾ ਭਲਾ ਕਰਾਂ ਸੋ ਜਦੋਂ ਇਹ ਭਲਾ ਕਰਨ ਦੀ ਸੋਚਦਾ ਹੈ ਤਾਂ ਉਹ ਜਿਹੜਾ ਅਦ੍ਰਿਸ਼ਟ ਮੰਡਲ ਦੀ ਗੁਰਮੁਖ ਰੂਹ ਆਉਂਦੀ ਹੈ ਉਸ ਨੂੰ ਦੱਸਦੀ ਹੈ ਕਿ ਪਰ ਜਦੋਂ ਤੂੰ ਲੋਕਾਂ ਨੂੰ ਦੱਸੇਗਾ ਕਿ ਮੈਂ ਮਰਨ ਤੋਂ ਬਾਅਦ ਦਾ ਨਕਸ਼ਾ ਦੇਖ ਆਇਆ ਹਾਂ ਤਾਂ ਲੋਕ ਤੇਰੀ ਇਸ ਗੱਲ ਨੂੰ ਸੱਚ ਨਹੀਂ ਮੰਨਣਗੇ ਬਲਕਿ ਤੈਨੂੰ ਮਾਹੌਲ ਕਰਨਗੇ ਤੂੰ ਜਿਗਰ ਤੇ ਦਿਲ ਦੇ ਟੋਟੇ ਕਰ-ਕਰ ਖਵਾ ਲੇਂਗਾ ਪਰ ਉਹ ਤੇਰੀ ਨਿੰਦਾ ਕਰਨਗੇ ਤੂੰ ਜੀ ਦਾਨ ਦੇਵੇਂਗਾ ਉਹ ਤੈਨੂੰ ਮਾੜਾ ਕਹਿਣਗੇ ਤੂੰ ਕੁਰਬਾਨੀ ਕਰੇਂਗਾ ਨਿਸ਼ਕਾਮ ਪ੍ਰੇਮ ਕਰੇਂਗਾ ਉਹ ਤੈਨੂੰ ਖੁਦਗਰਜ਼ ਤੇ ਮਾੜਾ ਆਖਣਗੇ ਤੂੰ ਭਲਾਈ ਕਰੇਂਗਾ ਪਾਪ ਤੋਵੇਂਗਾ ਲੋਕ ਤੈਨੂੰ ਬਦਮਾਸ਼ ਆਖਣਗੇ ਸੋ ਇਸ ਲਈ ਤੂੰ ਪਹਿਲੋਂ ਹੀ ਸਾਵਧਾਨ ਹੋ ਕੇ ਆਪਣੇ ਮਨ ਤੇ ਪਹਿਰਾ ਰੱਖੀ ਪਕੜ ਨਹੀਂ ਖਾਣੀ ਆਪ ਜਪਣਾ ਇਹ ਤੇਰਾ ਮੁੱਖ ਕੰਮ ਹੈ ਤੇ ਰਸ ਵਾਲਾ ਜਪਣਾ ਇਹ ਮੁੱਖ ਕੰਮ ਹੈ ਇਉਂ ਜਪਦਿਆਂ ਜਪਾਵੀਂ ਜਪਦਿਆਂ ਆਪ रुणਣ ਲੱਗੇ ਤਾਂ ਲਾਂਬੇ ਹੋ ਜਾਵੀਂ ਫਿਰ ਰਸ ਵਾਲੇ ਜਾਪੇ ਚਾਕੇ ਫਿਰ ਜਪਾਵੀਂ ਫਿਰ ਉਲਝਣ ਪਵੇ ਫਿਰ ਲਾਂਬੇ ਹੋ ਜਾਵੀਂ ਨਹੀਂ ਤਾਂ ਫਸਿਆ ਬੁਰਾ ਸਟਾ ਖਾਂਦਾ ਹੈ ਅਕਸਰ ਨਾਮੀ ਲੋਕ ਪਾਪਾਂ ਵਿੱਚ ਨਹੀਂ ਡਿੱਗ ਕੇ ਫਸਦੇ ਉਹ ਹਉ ਪਰੇ ਪਰਉਪਕਾਰਾਂ ਵਿੱਚ ਫਸ ਕੇ ਇਤਨਾ ਆਤਮ ਬਲ ਖਰਚ ਕਰਦੇ ਹਨ ਕਿ ਫਿਰ ਫਾਥੇ ਛੁੱੜਦੇ ਨਹੀਂ ਤੇ ਰੂਹ ਤਬਾਹ ਕਰ ਲੈਂਦੇ ਹਨ ਤੇ ਇੱਕ ਹੋਰ ਗੱਲ ਦਾ ਧਿਆਨ ਰੱਖੀ ਕਿ ਐਸਾ ਨਾ ਹੋਵੇ ਕਿ ਤੂੰ ਸੇਵਾ ਉਪਕਾਰ ਜਥੇ ਬੰਦੀਆਂ ਵਿੱਚ ਪੈ ਕੇ ਐਸਾ ਉਲਝੇ ਕਿ ਆਪ ਵੀ ਸਿਮਰਨ ਵੀ ਟੇਲਾ ਹੋ ਜਾਵੇ ਆਪਣਾ ਪਾਰ ਉਤਾਰਾ ਹੀ ਕਠਨ ਹੈ ਤੇ ਲੋਕਾਂ ਦਾ ਭਾਰ ਚਾਣਾ ਤਾਂ ਬੜਾ ਭਾਰਾ ਦੁਸ਼ੱਤਰ ਕਮ ਸੋ ਇਹ ਬਹੁਤ ਹੀ ਸਖਿਆਦਾਇਕ ਹਿੱਸਾ ਆਪ ਜੀ ਨੇ ਲਿਖਿਆ ਹੈ ਉਹਨਾਂ ਲਈ ਜਿਹੜਾ ਦੂਸਰਿਆਂ ਦਾ ਭਲਾ ਕਰਨਾ ਲੋਚਦੇ ਹਨ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਸਿੰਘ ਫਿਰ ਮੈਨੂੰ ਅਸੀਸ ਦਿਓ ਮੈਂ ਜਗਤ ਨੂੰ ਬਚਾਉ ਸਾਈ ਇਹ ਥਾਪੜਾ ਅਸੀਸ ਹੁਕਮ ਦੇਣਾ ਮੇਰਾ ਕੰਮ ਨਹੀਂ ਇਹ ਦਾਤਾ ਜੀ ਦਾ ਕੰਮ ਹੈ ਮੇਰੀ ਬੇਨਤੀ ਹੈ ਕਿ ਗੁਰੂ ਤੈਨੂੰ ਬਰਕਤ ਦੇਵੇ ਪਰ ਮੈਂ ਇੱਕ ਹੋਰ ਗੱਲ ਤੈਨੂੰ ਦੱਸ ਦਿਆਂ ਤੂੰ ਚਾਹੀ ਚਾਹੀ ਇਹ ਕੰਮ ਕਰਨ ਦਾ ਉਤਸ਼ਾਹ ਵਿਚਾਰ ਕਰ ਰਿਹਾ ਹੈ ਪਰ ਇਹ ਬੜਾ ਕਠਨ ਕੰਮ ਹੈ ਤੂੰ ਸਮਝਦਾ ਹੈ ਜਦ ਤੂੰ ਇਹ ਕੰਮ ਕਰੇਗਾ ਸੰਸਾਰ ਤੇਰਾ ਕੀਤਾ ਜਾਣੇਗਾ ਲੋਕ ਤੇਰਾ ਕਿਹਾ ਮੰਨਣਗੇ ਅਰ ਤੈਨੂੰ ਧੰਨ ਕਹਿਣਗੇ ਪਰ ਹੋਵੇਗਾ ਇਸ ਦੇ ਉਲਟ ਜੋ ਪਿਆਰ ਤੇ ਤਰਸ ਸ੍ਰਿਸ਼ਟੀ ਨਾਲ ਤੈਨੂੰ ਆਜਾਇਆ ਹੈ ਅੱਗੇ ਤੇ ਤੋਂ ਬੜੇ ਬੜੇ ਉਚਿਆਂ ਨੂੰ ਆ ਚੁੱਕਾ ਹੈ। ਔਰ ਉਹਨਾਂ ਨੇ ਜਾ ਕੇ ਇਹ ਸ਼ੁਭ ਕੰਮ ਕੀਤੇ ਹਨ। ਪਰ ਸ੍ਰਿਸ਼ਟੀ ਜੋ ਫਲ ਉਹਨਾਂ ਨੂੰ ਦੇ ਰਹੀ ਹੈ ਉਹ ਤੂੰ ਕਦੇ ਵਿਚਾਰੀ ਨਹੀਂ। ਜੋ ਲੋਕਾਂ ਨੂੰ ਮਾਇਆ ਨੀਂਦ ਤੋਂ ਜਗਾਉਂਦੇ ਹਨ। ਵਿਸ਼ੇ ਅਗਨੀ ਤੋਂ ਕੱਢਦੇ ਹਨ। ਹੋ ਕੇ ਰੋਹਾਈਆਂ ਦਿੰਦੇ ਹਨ ਕਿ ਸੱਚੇ ਸੁਖ ਦੇ ਰਸਤੇ ਆਓ। ਜੋ ਜਾ ਕੇ ਪੁਕਾਰ-ਪੁਕਾਰ ਕੇ ਆਖਦੇ ਹਨ। ਡੱਡਾ ਡੇਰਾ ਇਹ ਨਹੀਂ ਜੈਂ ਡੇਰਾ ਤਹਜਾਨ ਉਹਾਂ ਡੇਰਾ ਕਾ ਸੰਜਮੋ ਗੁਰ ਕੈ ਸ਼ਬਦ ਪਛਾਨ ਇਆਂ ਡੇਰਾ ਕੋ ਸ਼ਰਮ ਕਰ ਕਾਲੇ ਜਾਂ ਕਾ ਤਸੂ ਨਹੀਂ ਸੰਗ ਚਾਲੇ ਜੋ ਕੂਕਾਂ ਦਿੰਦੇ ਹਨ ਕਿ ਆਤਮ ਘਾਤੀ ਨਾ ਬਣੋ ਨਾਮ ਨਾ ਜਪਐ ਸਿਆਤਮ ਘਾਤੀ ਜੋ ਹੋਕਰੇ ਦਿੰਦੇ ਹਨ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨ ਚਾਲੀ ਸਾਥ ਬਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਜੋ ਸਮਝਾਉਂਦੇ ਹਨ ਕਿ ਹਰ ਵਿਮੁਖ ਹੋ ਕੇ ਮਾਇਆ ਮੋਨ ਨਾਲ ਜਿਹੜਾ ਪਿਆਰ ਕਰ ਰਹੇ ਹੋ ਸਵਾਰਥ ਕਰ ਰਹੇ ਹੋ ਅਕਲ ਨਾਲ ਹੈਂਕੜਾਂ ਵਿੱਚੋਂ ਵਿਦਿਆ ਤੇ ਉਪਕਾਰਾਂ ਕਰਕੇ ਮਾਨ ਵਿੱਚ ਹੋ ਕੇਵਲ ਵਾਹਿਗੁਰੂ ਦੇ ਨਾਮ ਵਿੱਚ ਆਓ ਨਾਮ ਸਿਮਰਨ ਹੈ ਯਾਦ ਹੈ ਯਾਦ ਪ੍ਰੇਮ ਦਾ ਹਿਰਦੇ ਪਰ ਵਿਦਿਤ ਸਰੂਪ ਹੈ ਪ੍ਰੇਮ ਪ੍ਰਭੂ ਮਿਲਾਉਂਦਾ ਹੈ ਪ੍ਰੇਮ ਆ ਪ੍ਰਭੂ ਹੈ ਐਸੇ ਸਿੱਖਿਆ ਦਾਤਿਆਂ ਨਾਲ ਲੋਕਾਂ ਨੇ ਬੜੇ ਤਰੋ ਕੀਤੇ ਇਹ ਸਚੀਆਂ ਮਤਾਂ ਦੇਣ ਵਾਲਿਆਂ ਲਈ ਸੂਲੀਆਂ ਗੱਡੀਆਂ ਜ਼ਹਿਰ ਦੇ ਪਿਆਲੇ ਤਿਆਰ ਕੀਤੇ ਤਤੇ ਤਵੇ ਰਚਾਏ ਛਣਦੀਆਂ ਰੇਤਾਂ ਦੇ ਮੀਂਹ ਵਸਾਏ ਤਲਵਾਰਾਂ ਦੇ ਘਾਟ ਉਤਾਰੇ ਕੰਧਾਂ ਵਿੱਚ ਣੇ ਸੁੱਤਿਆਂ ਪਿਆਂ ਦੇ ਪੇਟਾਂ ਵਿੱਚ ਕਟਾਰਾਂ ਫੂਕੀਆਂ ਜਲਾ ਵਿੱਚ ਡੋਬੇ ਅੱਗਾ ਵਿੱਚ ਸਾੜੇ ਤੂੰਬੇ ਤੂੰਬੇ ਉਡਾਏ ਬੰਦ ਬੰਦ ਕੱਟੇ ਭੋਲੇ ਸਜਣਾ ਉਹ ਤਸੀਹੇ ਦਿੱਤੇ ਜੋ ਉਹਨਾਂ ਨੇ ਕਦੇ ਚੋਰਾ ਡਾਕੂਆਂ ਤੇ ਖੋਨੀਆਂ ਨੂੰ ਵੀ ਨਹੀਂ ਦਿੱਤੇ ਹਾਂ ਹਾਂ ਉਹਨਾਂ ਨੇ ਘੋਰ ਪਾਪੀਆਂ ਲਈ ਤਰਸ ਖਾਦੇ ਪਰ ਤਾਰਨ ਹਾਰਾਂ ਤੇ ਤਰਸ ਨਹੀਂ ਕੀਤੇ ਇਹ ਕੰਮ ਜਿਸ ਲਈ ਤੈਨੂੰ ਚਾਉ ਆਇਆ ਹੈ ਬੜਾ ਚੰਗਾ ਹੈ ਪਰ ਸਮਝ ਲੈ ਕੇ অতি ਕਠਿਨ ਵੀ ਹੈ ਸਿੰਘ ਜ਼ਰੂਰੀ ਹੈ ਕਿ ਮੇਰੇ ਨਾਲ ਵੀ ਇਹ ਹੋਵੇ ਸਾਈ ਆਚਰਜ ਨਹੀਂ ਕਿ ਹੋਵੇ ਪਰ ਇਹਨਾਂ ਤਾਂ ਜ਼ਰੂਰ ਹੋਸੀ ਕਿ ਤੂੰ ਲੋਕਾਂ ਨੂੰ ਆਪਣੇ ਖੂਨ ਨਾਲ ਪਾ ਲੇਂਗਾ ਲੋਕ ਤੈਨੂੰ ਮਾਹੌਲ ਕਰਨਗੇ ਤੂੰ ਜਿਗਰ ਤੇ ਦਿਲ ਦੇ ਟੋਟੇ ਕਰ ਕਰ ਖਵਾ ਲੇਂਗਾ ਪਰ ਉਹ ਤੇਰੀ ਨਿੰਦਾ ਕਰਨਗੇ ਤੂੰ ਜੀਦਾਨ ਦੇਵੇਂਗਾ ਉਹ ਤੈਨੂੰ ਮਾੜਾ ਕਹਿਣਗੇ ਤੂੰ ਕੁਰਬਾਨੀ ਕਰੇਂਗਾ ਨਿਸ਼ਕਾਮ ਪ੍ਰੇਮ ਕਰੇਂਗਾ ਉਹ ਤੈਨੂੰ ਖੁਦਗਰਜ਼ ਤੇ ਮਾੜਾ ਆਖਣਗੇ ਤੂੰ ਭਲਾਈ ਕਰੇਂਗਾ ਪਾਪ ਤੋਵੇਂਗਾ ਮੈਲਾ ਲਾਹੇਂਗਾ ਉਜਲ ਕਰੇਂਗਾ ਲੋਕ ਤੈਨੂੰ ਬਦਮਾਸ਼ ਆਖਣਗੇ ਤੂੰ ਦਿਲ ਇਕੱਠੇ ਕਰੇਂਗਾ ਖਿੰਡੀਆਂ ਸੁਰਤਾਂ ਇਕਾਗਰ ਕਰਾਵੇਂਗਾ ਪ੍ਰੇਮ ਕਣੀਆਂ ਕਲੇਜਿਆਂ ਵਿੱਚ ਪਾਵੇਂਗਾ ਟੁੱਟੀਆਂ ਨੂੰ ਸਾਈ ਨਾਲ ਮਿਲੇਂਗਾ ਮੋਏ ਜਮਾਏਂਗਾ ਮਨੁੱਖਾਂ ਤੋਂ ਦੇਵਤੇ ਕਰ ਦੇਗਾ ਪਾਪੀਆਂ ਤੇ ਅਧਰਮੀਆਂ ਨੂੰ ਧਰਮੀ ਰਸੀਏ ਤੇ ਸਿਮਰਨਹਾਰ ਬਣਾਏਗਾ ਪਰ ਲੋਕ ਤੈਨੂੰ ਜਾਦੂਗਰ ਠੱਗ ਤੇ ਪੂਤਾਂ ਦੀ ਖੇਡ ਵਾਲਾ ਆਖਣਗੇ ਨਿਰਾਖਣਗੇ ਨਹੀਂ ਤੈਨੂੰ ਹਰ ਤਰ੍ਹਾਂ ਦੇ ਦੁੱਖ ਦੇਣਗੇ ਨਿੰਦਾ ਨਾਲ ਤੇਰੀ ਸੁਰਤ ਦੇ ਰੰਗ ਵਿੱਚ ਭੰਗ ਪਾਉਣਗੇ ਤੇ ਆਪਣੀ ਵੱਲੋਂ ਤੈਨੂੰ ਕਿਤੇ ਖਲੋਣ ਜੋਗਾ ਨਹੀਂ ਛੱਡਣਗੇ ਸਮਾ ਅਜਕਲ ਅਕਲ ਦਾ ਹੈ ਅਕਲ ਤੇ ਵਿਦਿਆ ਪ੍ਰਦਾਨ ਹੈ ਉਹ ਅਕਲ ਪ੍ਰਦਾਨ ਹੈ ਜੋ ਕੇਵਲ ਅੱਖਾਂ ਨਾਲ ਦਿਸਣ ਵਾਲੀਆਂ ਚੀਜ਼ਾਂ ਤੱਕ ਕੁੜ ਉਡਾਰੀ ਨਾਲ ਉੱਠ ਸਕਦੀ ਹੈ ਉਹ ਵਿਦਿਆ ਪ੍ਰਦਾਨ ਹੈ ਜੋ ਕੇਵਲ ਦ੍ਰਿਸ਼ਟਮਾਨ ਪਦਾਰਥਾਂ ਦਾ ਗਿਆਨ ਸਿਖਾਲਦੀ ਹੈ ਔਰ ਦਿਸਦੇ ਪਦਾਰਥਾਂ ਤੋਂ ਅੱਗੇ ਨਹੀਂ ਜਾ ਸਕਦੀ ਸੋ ਤੇਰੀ ਹਰ ਗੱਲ ਉਤੇ ਹੁਜਤ ਪੜੀ ਜਾਏਗੀ ਤੇਰੇ ਨਾਲ ਮਾਹੌਲ ਕੀਤਾ ਜਾਏਗਾ ਤੇਰੇ ਪਿਆਰ ਨੂੰ ਪਹਿਰਾ ਤਲੇ ਰੋਲਿਆ ਜਾਏਗਾ ਤੇਰੇ ਇਸ ਦਾਤਾ ਭਾਵ ਵਾਲੇ ਤੇ ਨਿਸ਼ਕਾਮ ਸੇਵਾ ਦੇ ਉਲਾਸ ਪਰ ਗਲਤ ਫਹਮੀਆਂ ਫੈਲਾਈਆਂ ਜਾਣਗੀਆਂ ਸੁੱਕੇ ਮੰਤਕ ਨਾਲ ਤੇਰੇ ਨਾਲ ਚਰਚਾ ਕੀਤੀਆਂ ਜਾਣਗੀਆਂ ਅਤੇ ਤੈਨੂੰ ਚੁੱਪ ਕਰਾਇਆ ਜਾਏਗਾ ਜੇ ਕਿਸੇ ਦਾ ਦਾਅ ਲੱਗ ਗਿਆ ਤਾਂ ਤੇਰਾ ਉਹ ਕਾਟਾ ਵੀ ਕੀਤਾ ਜਾਏਗਾ ਨਾਮੀਆਂ ਪ੍ਰੇਮੀਆਂ ਤੇ ਸੱਚ ਦੇ ਪਿਆਰਿਆਂ ਨੂੰ ਜਗ ਸਦਾ ਨਿੰਦਿਆ ਦੇ ਨਾਲ ਰਿਆ ਛਾਣਦਾ ਜੀ ਦਾਨ ਦਾਤਿਆਂ ਤੇ ਤਾਰਕਾਂ ਸੁਧਾਰਕਾਂ ਨੂੰ ਫਾਹੇ ਦਿੰਦਾ ਰਿਹਾ ਜਗ ਵੈਰੀ ਬੁਰੇ ਜਾਣਦਾ ਇਕੋ ਰੱਬ ਆਸਰਾ ਸੀ ਨਾ ਨੇਕ ਬੰਦਿਆਂ ਦਾ ਓੜ ਪ੍ਰਤਪਾਲ ਦਾ ਤੇ ਸਦਾ ਸੀ ਪਛਾਣਦਾ ਐ ਪਰ ਨਾ ਸੋਜੀ ਆਈ ਜਗ ਤਾਈ ਅਜੇ ਤੱਕ ਉਹ ਭੁੱਲ ਕਰਦਾ ਸਦਾ ਦੁੱਖ ਹੀ ਠਾਣਦਾ ਦੇਖੋ ਸਭ ਤੋਂ ਵੱਡੇ ਜਗਤ ਰਖਕ ਜੀ ਆਖਦੇ ਹਨ ਸੁਨ ਪੂਪਤ ਜਾਂ ਜਗਤ ਮੈਂ ਦੁਖੀ ਰਹਤ ਹਰ ਸੰਤ ਅੰਤ ਲਹਿਤ ਹੈ ਮੁਕਤ ਫਲ ਪਾਵਤ ਹੈ ਪਗਵੰਤ ਸਿੰਘ ਇਹ ਸਭ ਸੱਚ ਆਪਨੇ ਦੱਸਿਆ ਹੈ ਪਰ ਕੀ ਐਨੀ ਵਾਰ ਸੰਸਾਰ ਬਦ ਸਲੂਕੀਆਂ ਕਰਕੇ ਮਗਰੋਂ ਦੇਖ ਕੇ ਕੈਸੀ ਗਲਤੀ ਕੀਤੀ ਸੀ ਪਛਤਾ ਕੇ ਸਿੱਧੇ ਰਸਤੇ ਨਹੀਂ ਆਇਆ ਕਿ ਇਨਾਂ ਲੋਕਾਂ ਦੇ ਪ੍ਰੇਮ ਨੂੰ ਤੱਕੇ ਤੇ ਕਸ਼ਟ ਨਾ ਦੇਵੇ ਜਿਹੜੀ ਗਲਤੀ ਇੱਕ ਵਾਰੀ ਕਰੀਏ ਉਹ ਫਿਰ ਨਹੀਂ ਕਰੀਦੀ ਪਰ ਜਗਤ ਇਹ ਭੁੱਲ ਮੁੜ ਮੁੜ ਕਰਦਾ ਹੈ ਸੁਮਤ ਨਹੀਂ ਸਿੱਖਦਾ ਫਿਰ ਦੇਖਣ ਵਿੱਚ ਆਉਂਦਾ ਹੈ ਕਿ ਜ਼ਿੰਦਗੀ ਵਿੱਚ ਜਿਨ੍ਹਾਂ ਮਹਾਪੁਰਸ਼ਾਂ ਨੂੰ ਸੰਸਾਰ ਨੇ ਕਸ਼ਟ ਦਿੱਤੇ ਮਾਰਿਆ ਸਤਾਇਆ ਮਗਰੋਂ ਉਹਨਾਂ ਨੂੰ ਉਪਕਾਰੀ ਮੰਨਿਆ ਗੁਰੂ ਅਵਤਾਰ ਪੈਗੰਬਰ ਪੀਰ ਸੰਤ ਮਹਾਪੁਰਖ ਮਹਾਤਮਾ ਕਵੀ ਕਲਾਵਾਨ ਫਕੀਰ ਤਸਲੀਮ ਕੀਤਾ ਤੇ ਗਰਦਨ ਚੁਕਾਈ ਉਹਨਾਂ ਦੇ ਜੀਵਨ ਲਿਖੇ ਮੰਦਰ ਬਣਾਏ ਬੁੱਤ ਖੜੇ ਕੀਤੇ ਯਾਦਾਂ ਥਾਪੀਆਂ ਸਾਈ ਠੀਕ ਹੈ ਪਰ ਫਿਰ ਜਦ ਕੋਈ ਮਹਾਪੁਰ ਕੋਈ ਗੁਰਮੁਖ ਕੋਈ ਪਿਆਰ ਵਾਲਾ ਕੋਈ ਫਕੀਰ ਸਾਧ ਨੇਕ ਮਤ ਜਾਂ ਨੇਕ ਸਲਾਹ ਦੇਣ ਵਾਲਾ ਗੁਣਵਾਨ ਜਾਂ ਸਿੱਖ ਸਮਝਾਉਣ ਲੱਗਾ ਉਸ ਨੂੰ ਉਸੇ ਤਰ੍ਹਾਂ ਸਤਾਇਆ ਬੁਰਾ ਜਾਣੇ ਨਿੰਦਿਆ ਦਲੇਆ ਮਲਿਆ ਤਬਾਹ ਕੀਤਾ ਆਪਣੀ ਵੱਲੋਂ ਉਸ ਦੀ ਅਲਖ ਚੁਕਾ ਦਿੱਤੀ ਪਰ ਕਲਾਵਾਨਾਂ ਦੀ ਮਿੱਟੀ ਦੀਆਂ ਸਵਰਨ ਕਣੀਆਂ ਮਗਰੋਂ ਚਮਕ ਉਠੀਆਂ ਉਹਨਾਂ ਦੇ ਸੱਚ ਨੇ ਲਾਸਾਂ ਛੜੀਆਂ ਉਹਨਾਂ ਦੇ ਨਿਸ਼ਕਾਮ ਪ੍ਰੇਮ ਨੇ ਧਮਕ ਦਿੱਤੀ ਅਰ ਸੰਸਾਰ ਨੇ ਮੰਨਿਆ ਕਿਉਂ ਮਹਾਪੁਰਸ਼ ਸੇ ਕਲਾਵਾਨ ਸੇ ਪਰ ਫਿਰ ਜਦ ਕਦੇ ਉਹ ਜਾਂ ਉਹ ਜੇ ਦਰਸ਼ਨ ਹੁੰਦੇ ਹਨ ਤਾਂ ਫਿਰ ਉਹ ਗਲਤੀ ਸੰਸਾਰ ਕਰਦਾ ਹੈ ਇਹ ਇੱਕ ਐਸਾ ਕੋਈ ਸੰਭਕ ਹੈ ਕਿ ਸੰਸਾਰ ਨੇ ਪੁਰਾਣੇ ਸਮਿਆਂ ਤੋਂ ਪੜਨਾ ਸ਼ੁਰੂ ਕੀਤਾ ਪਰ ਅਜੇ ਤੱਕ ਪਕਾਇਆ ਨਹੀਂ ਸਿੰਘ ਮੇਰਾ ਜੀ ਕੁਝ ਟਹਿ ਰਿਹਾ ਹੈ ਫਿਰ ਕਿਉਂ ਨਾ ਇਸ ਸੰਸਾਰ ਨੂੰ ਰੁਣਨ ਦਿੱਤਾ ਜਾਵੇ ਔਰ ਆਪਣੇ ਕੀਤੇ ਦਾ ਫਲ ਪਾਉਣ ਦਿੱਤਾ ਜਾਵੇ ਸਾਈ ਨਾ ਐਸਾ ਨਹੀਂ ਵਿਚਾਰਨ ਮਾਪੁਰਖਾਂ ਦਾ ਇਹ ਦੁੱਖ ਝੱਲ ਕੇ ਫਿਰ ਸੰਸਾਰ ਰੱਖਿਆ ਦਾ ਯਤਨ ਕਰਨ ਇਸੇ ਦਾ ਨਾਮ ਤਾਂ ਨਿਸ਼ਕਾਮ ਪ੍ਰੇਮ ਹੈ ਉਹ ਪੂਰੇ ਭਾਂਡੇ ਦੁੱਖ ਸਹਿ ਕੇ ਨਿੰਦੇ ਜਾ ਕੇ ਦਲੇ ਜਾ ਕੇ ਫਿਰ ਹੋਕਰੇ ਦਿੰਦੇ ਹਨ ਪੁਕਾਰਦੇ ਹਨ ਸਮਝਾਉਂਦੇ ਹਨ ਤੇ ਮਤਨ ਦਿੰਦੇ ਹਨ ਇੱਕ ਫਾਇ ਲਟਕ ਕੇ ਆਉਂਦਾ ਹੈ ਦੂਜਾ ਜਾਣ ਨੂੰ ਟੁਰ ਪੈਂਦਾ ਹੈ ਇਹ ਉਹਨਾਂ ਦੀ ਭਲਾਈ ਹੈ ਉਹ ਜਾਣਦੇ ਹਨ ਸੰਸਾਰ ਮਾਇਆ ਵਿੱਚ ਹੈ ਅਗਿਆਨੀ ਹੈ ਮੂਰਖ ਹੈ ਮਿੱਟੀ ਦੀ ਅੱਖ ਤੋਂ ਅਗੇਰੇ ਨਹੀਂ ਤੱਕਦਾ ਇਸ ਨੂੰ ਮਤ ਦੇਣੀ ਹੀ ਚਾਹੀਏ ਇਸ ਦੀ ਮੂਰਖਤਾ ਤੇ ਬਦਸਲੂਕੀ ਵੱਲ ਨਹੀਂ ਤੱਕਣਾ ਚਾਹੀਏ ਆਪਣੇ ਮਾਲਕ ਦੇ ਹੁਕਮ ਵੱਲ ਤੱਕਣਾ ਚਾਹੀਏ ਜੋ ਆਪਣੇ ਪਿਆਰੇ ਬੰਦਿਆਂ ਨੂੰ ਕਦੇ ਗੁਰੂ ਕਦੇ ਅਵਤਾਰ ਕਦੇ ਗੁਰਮੁਖ ਕਦੇ ਫਕੀਰ ਕਦੇ ਮਦਦਾਤੇ ਕਦੇ ਕਵੀ ਕਦੇ ਕਲਾ ਕੌਸ਼ਲ ਵਾਲੇ ਕਦੇ ਪੂਰੇ ਸਿੱਖ ਕਰਕੇ ਕਲਦਾ ਹੈ ਕਿ ਜਾਓ ਮਤ ਦਿਓ ਜਾਓ ਜੀਦਾਨ ਦਿਓ ਔਰ ਇਸ ਦੇ ਬਦਲੇ ਦੁੱਖ ਤੇ ਖੇਦ ਲੈ ਕੇ ਆਓ ਸਿੰਘ ਇਸ ਵਿੱਚ ਸਾਈਂ ਨੂੰ ਕੀ ਸਵਾਦ ਹੈ ਆਪਣਿਆਂ ਨੂੰ ਦੁੱਖਾਂ ਵਿੱਚ ਪਾਉਂਦਾ ਤੇ ਖੁਸ਼ ਹੁੰਦਾ ਹੈ ਸਾਈਂ ਇਸ ਵਿੱਚ ਸਾਈਂ ਦਾ ਅਪਾਰ ਪ੍ਰੇਮ ਹੈ ਸ੍ਰਿਸ਼ਟੀ ਨਾਲ ਅਸਗਾਹ ਪਿਆਰ ਹੈ ਉਹਨਾਂ ਨੂੰ ਜੋ ਉਸ ਦੇ ਆਪਣੇ ਹਨ ਨੇਕੀ ਲਈ ਕਲਦਾ ਹੈ ਕਿਉਂਕਿ ਉਹਨਾਂ ਵਿੱਚ ਨਿਸ਼ਕਾਮ ਨੇਕੀ ਕਰਨ ਦਾ ਮਾਦਾ ਹੈ ਔਰ ਦੁੱਖ ਪਾ ਕੇ ਸੁਖ ਦੇਣ ਦਾ ਗੁਣ ਹੈ ਉਹ ਦਾਤੇ ਪਤ ਦੇ ਲੋਕ ਹਨ ਦੂਸਰੇ ਜੋ ਰਬ ਦੇ ਸਿਮਰਨ ਪਿਆਰ ਵਿੱਚ ਪੈਂਦੇ ਹਨ ਉਹਨਾਂ ਨੂੰ ਜੋ ਦੁੱਖ ਕਲੇਸ਼ ਨੇਕੀ ਦੇ ਬਦਲੇ ਬਦੀਆਂ ਮਿਲਦੀਆਂ ਹਨ ਉਹਨਾਂ ਦੀ ਸੁਰਤ ਵਧੇਰੇ ਪਗਦੀ ਹੈ ਜਿਉਂ ਜਿਉਂ ਉਹਨਾਂ ਦੇ ਮੁਕਾਬਲੇ ਪੈਂਦੇ ਹਨ ਉਹ ਟੈਂਦੇ ਨਹੀਂ ਇਓ ਤਿਉ ਉਹਨਾਂ ਦੀ ਸੁਰਤ ਉੱਚੀ ਮਜ਼ਬੂਤ ਤੇ ਬਲਵਾਨ ਹੁੰਦੀ ਜਾਂਦੀ ਹੈ ਉਹਨਾਂ ਦੀ ਸੁਰਤ ਨੂੰ ਘੋਲ ਪੈਂਦੇ ਹਨ ਉਹ ਗੁਲਦੇ ਹਨ ਘੋਲ ਨਾਲ ਤਾਕਤ ਵੱਧਦੀ ਹੈ ਜਦੋਂ ਯਤਨ ਅਰ ਵਾਹਿਗੁਰੂ ਦੀ ਮਿਹਰ ਨਾਲ ਜਿੱਤਦੇ ਹਨ ਤਾਂ ਸੁਖੀ ਹੁੰਦੇ ਹਨ ਜਿੱਤ ਸਦਾ ਰਸਦਾਇਕ ਹੁੰਦੀ ਹੈ ਇਓ ਸੰਸਾਰ ਦਾ ਦਿੱਤਾ ਕਸ਼ਟ ਵਾਹਿਗੁਰੂ ਆਪਣੇ ਪਿਆਰਿਆਂ ਲਈ ਉਨਤੀ ਤੇ ਤਰੱਕੀ ਦੀ ਪੌੜੀ ਬਣਾ ਦਿੰਦਾ ਦੁਨੀਆ ਵਿੱਚ ਜੋ ਆਦਮੀ ਅਖਾੜੇ ਜਾ ਕੇ ਕੁੱਲਦਾ ਨਹੀਂ ਤੇ ਕੁੱਲਦਾ ਹੋਇਆ ਢਾਣ ਦਾ ਯਤਨ ਨਹੀਂ ਕਰਦਾ ਉਹ ਕਦੇ ਮਜ਼ਬੂਤ ਨਹੀਂ ਹੋਇਆ ਇਸੇ ਤਰ੍ਹਾਂ ਜਿਸ ਸੁਰਤ ਨੂੰ ਮੁਕਾਬਲੇ ਨਹੀਂ ਪਏ ਜਿਸ ਨੇ ਕਸ਼ਟਾਂ ਦੇ ਸਾਹਮਣੇ ਉੱਚੇ ਰਹਿਣ ਦੇ ਜ਼ੋਰ ਨਹੀਂ ਲਾਏ ਉਹ ਸਦਾ ਉੱਚੇ ਰਹਿਣ ਵਿੱਚ ਬਗਦੀ ਨਹੀਂ ਸਜਣਾ ਘਬਰਾ ਨਹੀਂ ਜੋ ਸ੍ਰਿਸ਼ਟੀ ਨੂੰ ਬਚਾਉਣ ਦਾ ਪਿਆਰ ਉੱਭਜਿਆ ਹੈ ਤਾਂ ਕੁਰਬਾਨੀ ਲਈ ਵੀ ਤਿਆਰ ਰਹੋ ਸਿੰਘ ਪਲਾ ਜੀ ਸੁਰਤ ਜੇ ਸੰਸਾਰ ਦੀ ਉਸਤਤ ਨਿੰਦਿਆ ਦੇ ਮੁਕਾਬਲੇ ਕਰਦੀ ਟੈ ਗਈ ਉਹਨੇ ਤਾਂ ਹਾਰ ਖਾ ਕੇ ਕਮਜ਼ੋਰੀ ਪਾਈ ਪਰ ਜੋ ਮੁਕਾਬਲਿਆਂ ਵਿੱਚ ਜਿੱਤ ਨਿਕਲੀ ਉਸ ਵਿੱਚ ਤਾਂ ਲੜਾਈਆਂ ਦੇ ਸੰਸਕਾਰ ਤੇ ਜਿੱਤ ਦੀ ਹੋਂਮੇਵਸਾ ਪਾ ਜਾਏਗੀ ਉਹ ਨਿਰਮਲ ਕਿਸ ਤਰ੍ਹਾਂ ਹੋ ਜਾਏਗੀ ਤੇ ਸਹਿਜ ਵਿੱਚ ਕੀ ਕੋ ਜਾਏਗੀ ਸਾਈ ਹੋ ਲਿਆ ਮੈਂ ਨਾਮ ਵਾਲੀਆਂ ਸੁਰਤਾਂ ਦੀ ਗੱਲ ਕੀਤੀ ਹੈ ਜੋ ਸੁਰਤਾ ਨਾਮ ਤੋਂ ਗਾਫਲੀ ਤੇ ਵਿਸਾਰੇ ਵਿੱਚ ਹਨ ਉਹਨਾਂ ਦੀ ਗਲਤਾ ਮੈਂ ਨਹੀਂ ਕੀਤੀ ਗਾਫਲੀ ਤੇ ਵਿਸਾਰਾ ਤਾਂ ਰਹਿਦਾ ਹੀ ਹੋਮੇ ਵਿੱਚ ਹੈ ਨਿਰੀ ਹਾਉ ਦੀ ਟੇਕ ਵਾਲੇ ਦੇ ਕੋਲ ਦੇ ਯਤਨ ਹੋਮੇ ਵਿੱਚ ਹਨ ਉਸ ਦੀਆਂ ਨੇਕੀਆਂ ਤੇ ਆਖੇ ਸਦਾਚਾਰ ਦੀਆਂ ਟੇਕਾਂ ਹਉ ਪਰ ਹਨ ਉਹ ਕਰਦਾ ਹੈ ਤੇ ਆਕੜਦਾ ਹੈ ਅਰਜਣਾਉਂਦਾ ਹੈ ਉਸ ਦਾ ਕੀਤਾ ਹੋਮੇ ਨੂੰ ਅਰਪਣ ਹੁੰਦਾ ਹੈ ਹੋਮੇ ਹੋਰ ਪਲਦੀ ਹੈ ਉਸ ਦੇ ਹਰ ਕੰਮ ਦਾ ਮੁੱਖ ਪਰਿਯੋਜਨ ਮਨ ਹੈ ਉਹ ਤਾਂ ਮਨਮੁਖ ਹੈ ਪਰ ਜੋ ਪੁਰਖ ਪਲਿਆਈ ਕਰਦਾ ਹੈ ਇਸ ਕਰਕੇ ਕਰਦਾ ਹੈ ਕਿ ਉਸ ਨੂੰ ਗੁਰੂ ਦਾ ਹੁਕਮ ਹੈ ਤੇ ਕਰਕੇ ਗੁਰੂ ਨੂੰ ਅਰਪਦਾ ਹੈ ਉਹਦੀ ਸੁਰਤ ਦਾ ਮੂੰਹ ਗੁਰੂਵਲ ਹੈ ਉਹ ਤਾਂ ਗੁਰਮੁਖ ਹੈ ਪਰ ਐਸਾ ਪੁਰਖ ਹੁੰਦਾ ਹੀ ਨਾਮ ਵਾਲਾ ਹੈ ਜਿਸ ਦੀ ਟੇਕ ਆਪਣੇ ਕੇਂਦਰ ਗੁਰੂ ਵਾਹਿਗੁਰੂ ਤੇ ਹੁੰਦੀ ਹੈ ਉਹ ਹਉ ਨਹੀਂ ਤਾਰਦਾ ਜੋ ਜੋ ਕੁਝ ਕਰਦਾ ਹੈ ਆਪਣੇ ਮਨ ਮੰਦਰ ਦੇ ਤੋਰ ਅੰਦਰ ਆਤਮਿਕ ਭਾਵ ਵਿੱਚ ਵਾਹਿਗੁਰੂ ਨੂੰ ਟੇਕ ਬਣਾ ਕੇ ਕੇਂਦਰ ਬਣਾ ਕੇ ਕਰਦਾ ਹੈ ਉਸ ਦੀ ਸੁਰਤ ਇਸ ਆਸਰੇ ਮਜ਼ਬੂਤ ਹੁੰਦੀ ਹੈ ਉਸ ਦੀ ਸੁਰਤ ਹਉ ਰਹਿ ਚੜ੍ਹਦੀਆਂ ਕਲਾਂ ਵਿੱਚ ਜਾਂਦੀ ਹੈ ਕੋਈ ਸੰਸਕਾਰ ਕੋਈ ਕਰਮਾ ਖਿਆਲਾਂ ਵਾਕਾਂ ਦੇ ਨਕਸ਼ ਉਸ ਦੀ ਸੁਰਤ ਵਿੱਚ ਚਿਤ੍ਰਿਤ ਨਹੀਂ ਹੁੰਦੇ ਕਿਉਂਕਿ ਅਠ ਪਹਿਰ ਦਾ ਸਿਮਰਨ ਕਿਸੇ ਨਕਸ਼ ਨੂੰ ਸੁਰਤ ਵਿੱਚ ਖੋਬਣ ਨਹੀਂ ਦਿੰਦਾ ਸਭ ਕੁਝ ਉਹ ਉਪਰ ਉਪਰ ਲੰਗਾ ਦਿੰਦਾ ਹੈ ਸਿੰਘ ਨਿਸ਼ਕਾਮ ਤੇ ਨਿਰਵਾਸ ਕਰਮਾਂ ਦਾ ਕਰਨਾ ਇਹੋ ਗੱਲ ਹੈ ਕਿ ਉਹ ਕੋਈ ਹੋਰ ਖੇਡ ਹੈ ਸਾਈ ਜੀ ਹਾਂ ਜਿਸ ਦੀ ਟੇਕ ਵਾਹਿਗੁਰੂ ਪਰ ਹੈ ਜਿਸ ਦੇ ਸਾਰੇ ਕਰਮ ਵਾਹਿਗੁਰੂ ਅਰਪਣ ਹਨ ਜੋ ਕੁਝ ਕਰਦਾ ਹੈ ਆਪਣੇ ਮਾਲਕ ਦੇ ਪਰਨੇ ਹੋ ਕੇ ਉਸ ਦੀ ਓਟ ਤੇ ਆਸਰੇ ਹੋ ਕੇ ਕਰਦਾ ਤੇ ਉਸ ਨੂੰ ਸਮਰਪਿਤਦਾ ਹੈ ਉਸ ਨੂੰ ਨਿਸ਼ਕਾਮ ਕਰਮੀ ਕਹਿ ਲਓ ਭਗਤ ਕਹਿ ਲਓ ਚਾਹੇ ਪ੍ਰੇਮੀ ਕਹਿ ਲਓ ਉਹ ਅਸਲ ਉਪਕਾਰੀ ਹੈ ਜੋ ਉਪਕਾਰ ਕਰਦਾ ਹੈ ਪਰ ਹਉ ਨਹੀਂ ਕਰਦਾ ਫਲ ਨਹੀਂ ਚਾਹੁੰਦਾ ਕਰਮ ਕਰਤ ਹੋ ਵੈ ਨਹਿ ਕਰਮ ਤਿਸ ਬੈਸ ਨੂੰ ਕਾ ਨਿਰਮਲ ਤਰੰ ਸਿੰਘ ਜੋ ਹਉਮੇ ਤੋਂ ਨਹੀਂ ਪਰ ਦਿਲੋਂ ਹਉ ਅਤੀਤੋ ਕੇ ਗੁਰੂ ਅਰਪਣ ਕੰਮ ਕਰਦੇ ਹਨ ਉਨ੍ਹਾਂ ਦੇ ਅੰਦਰ ਕਿਉਂ ਕਰਮ ਦੇ ਨਕਸ਼ ਨਹੀਂ ਚਿਤ੍ਰਤ ਹੁੰਦੇ ਸਾਈ ਜਿੱਥੇ ਵਗਦਾ ਪਾਣੀ ਹੋਵੇ ਉਥੇ ਕੋਈ ਛੈ ਨਹੀਂ ਅਟਕਦੀ ਸਭ ਰੁੜ ਜਾਂਦੀ ਹੈ ਟਿਕੂ ਅੱਠ ਪੈਰ ਨਾਮ ਵਿੱਚ ਲੱਗੀ ਸੁਰਤ ਹਰ ਕਰਮ ਦੇ ਨਕਸ਼ ਨੂੰ ਰੋੜੀ ਜਾਂਦੀ ਹੈ ਅੰਦਰ ਨੀਅਤ ਗੁਰੂ ਦੀ ਹੈ ਗੁਰੂ ਦਾ ਹੁਕਮ ਜਾਣ ਕੇ ਕੰਮ ਕਰਦਾ ਹੈ ਇਸ ਕਰਕੇ ਮੈਂ ਵਿੱਚ ਪਕੜ ਪੈਂਦੀ ਨਹੀਂ ਤੇ ਕਰਮ ਕਰਨ ਦਾ ਜੋ ਪ੍ਰਤੀਬਿੰਬ ਮਨ ਪਰ ਪੈਂਦਾ ਹੈ ਕਿ ਮੈਂ ਕੀਤਾ ਹੈ ਉਸ ਨੂੰ ਨਾਮ ਦਾ ਪਰਵਾ ਰੋੜ ਲੈ ਜਾਂਦਾ ਹੈ ਤੇ ਉਸ ਦੀ ਆਪਣੀ ਸੁਰਤ ਆਪਣੇ ਗੁਰੂ ਨਾਲ ਸੰਯੋਗਤ ਰਹਿੰਦੀ ਹੈ ਜਿਸ ਦੇ ਅਰਪਣੋ ਕਰਮ ਕਰਦਾ ਹੈ ਕਰਮਾ ਜਾਂ ਕਰਮਾ ਦੇ ਪ੍ਰਤੀਬਿੰਬ ਵਿੱਚ ਪਕੜ ਨਹੀਂ ਖਾਂਦੀ ਸਿੰਘ ਫਿਰ ਮੈਂ ਲੋਕਾਂ ਨੂੰ ਸਮਝਾਵਾਂ ਸਾਈ ਸਤਸੰਗ ਦੀ ਟੀਕ ਲੈ ਕੇ ਇਹ ਆਸਰਾ ਹੋਵੇਗਾ ਤਾਂ ਬਚੇਗਾ ਇਹ ਕੰਮ ਉਹਨਾਂ ਦੇ ਕਰਨ ਦਾ ਹੈ ਜਿਨ੍ਹਾਂ ਦੇ ਸਿਰ ਤੇ ਦ੍ਰਿਸ਼ੇ ਅਦ੍ਰਿਸ਼ੇ ਸਤਸੰਗ ਹੈ ਜਿਨ੍ਹਾਂ ਨੂੰ ਸੰਸਾਰ ਵਿੱਚ ਸਤਸੰਗ ਪ੍ਰਾਪਤ ਹੈ ਜਿਸ ਨੂੰ ਜਪਨਾ रस ਵਾਲਾ ਜਪਨਾ ਪ੍ਰਾਪਤ ਹੈ ਐਸਾ ਜੋ ਕੋਈ ਹੋਵੇ ਫਿਰ ਜਪੇ ਤੇ ਜਪਾਵੇ ਉਸ ਦੀ ਮਹਿਮਾ ਇਹ ਕਹੀ ਹੈ ਜਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰੇ ਨਾਮ ਜਪਾਵੇ ਸਭ ਉਪਕਾਰਾਂ ਤੇ ਨੇਕੀਆਂ ਤੋਂ ਵੱਡਾ ਉਪਕਾਰ ਤੇ ਨੇਕੀ ਇਹ ਹੈ ਸਿੰਘ ਇੱਕ ਹੋਰ ਗੱਲ ਪੁੱਛਣੀ ਹੈ ਸਾਈ ਪੁੱਛੋ ਸਿੰਘ ਗੁਰਮੁਖ ਜੀ ਜੋ ਮਾੜੀਆਂ ਪ੍ਰੀਤਾਂ ਵਿੱਚ ਆਏ ਜੋ ਮਾੜੇ ਕਰਮਾਂ ਵਲ ਆਏ ਉਹਨਾਂ ਦੀ ਜੋ ਗਤੀ ਇੱਥੇ ਹੁੰਦੀ ਹੈ ਆਪਨੇ ਮੈਨੂੰ ਦਿਖਾ ਦਿੱਤੀ ਹੈ ਤੇ ਗੁਰ ਪ੍ਰਮਾਣ ਸੁਣਾਏ ਹਨ ਸੋ ਮੇਰੇ ਦਿਲ ਵਿੱਚ ਨਿਸ਼ਚਾ ਹੋ ਗਿਆ ਹੈ ਪਰ ਜੋ ਨਾਮ ਦੇ ਰਸье ਲੋਕ ਆਉਂਦੇ ਹਨ ਉਹਨਾਂ ਦਾ ਕੀ ਹਾਲ ਹੁੰਦਾ ਹੈ ਸਾਈ ਨਾਮ ਤੇਰੇ ਕੀ ਮੁਕਤੀ ਵੀ ਥੀ ਜਮ ਕਾ ਮਾਰਗ ਦੂਰ ਰਹਾ ਜੋ ਨਾਮ ਜਪਦੇ ਹਨ ਉਹ ਮੁਕਤੀ ਦੀ ਗੱਲੀ ਮੁਕਤ ਰਸਤੇ ਅਰਥਾਤ ਖੁੱਲੇ ਸੁਤੰਤਰ ਕਰਮਾਂ ਦੀ ਕੈਦ ਤੋਂ ਰਹਿਤ ਰਸਤੇ ਜਾਂਦੇ ਹਨ ਅਤੇ ਹਉਮੇ ਵਾਲੇ ਜਮ ਦੇ ਰਸਤੇ ਅਰਥਾਤ ਰੋਕ ਵਾਲੇ ਰਸਤੇ ਜਾਂਦੇ ਹਨ ਰੋਗ ਕਾ ਦੀ ਆਪਣੇ ਕੀਤੇ ਕਰਮਾਂ ਦੀ ਆਪ ਆਪਣੇ ਉਦਾਲੇ ਉਸਾਰੀ ਕੂੜ ਦੀ ਕੰ ਯਾਨੀ ਪਾਲ ਦੀ ਉਹ ਜੋ ਇਸ ਕੈਦ ਵਾਲੇ ਰਸਤੇ ਜਾਂਦੇ ਹਨ ਯਮ ਦੇ ਰਾਹ ਜਾਂਦੇ ਕਹੀਦੇ ਹਨ ਪਰ ਜੋ ਨਾਮ ਵਾਲੇ ਹਨ ਮੁਕਤੇ 비ਤੀ ਆਜ਼ਾਦੀ ਯਾਨੀ ਸੁਤੰਤਰਤਾ ਦੇ ਰਸਤੇ ਜਾਂਦੇ ਹਨ ਜੈ ਪੈਂਡੇ ਲੂਟੀ ਪਨਿਹਾਰੀ ਸੋ ਮਾਰਕ ਸੰਤਨ ਦੂਰਾਰੀ ਨਾਮ ਵਾਲੇ ਸੁਤੰਤਰ ਹੁੰਦੇ ਹਨ ਇਕੱਲੇ ਨਹੀਂ ਹੁੰਦੇ ਉਹਨਾਂ ਨੂੰ ਆਪਣੀ ਸੁਰਤ ਦੀ ਉਹ ਚੈਣ ਦੇ ਦਰਜੇ ਦਾ ਸਤਸੰਗ ਪ੍ਰਾਪਤ ਹੁੰਦਾ ਹੈ ਉਥੇ ਸੁਖ ਤੇ ਟਿਕਾਉ ਹੁੰਦਾ ਹੈ ਵਾਹਿਗੁਰੂ ਸਿਰਤੇ ਹੁੰਦਾ ਹੈ ਉਹਨਾਂ ਦਾ ਟਿਕਾਣਾ ਇਹ ਹੈ ਡੱਡਾ ਡੇਰਾ ਇਹ ਨਹੀਂ ਜੈਂਡੇਰਾ ਤੈ ਜਾਨ ਉਹਾਂ ਡੇਰਾ ਕਾ ਸੰਜਮੋ ਗੁਰ ਕੇ ਸ਼ਬਦ ਪਛਾਨ ਇਆਂ ਡੇਰਾ ਕੋ ਸ਼ਰਮ ਕਰ ਕਾਲੇ ਜਾਂ ਤਾ ਤਸੂ ਨਹੀਂ ਸੰਗ ਚਾਲੈ ਉਹ ਡੇਰਾ ਕੀ ਸੋਮਿਤ ਜਾਣੇ ਜਾਂ ਕੋ ਦ੍ਰਿਸ਼ਟ ਪੁਰਨ ਭਗਵਾਨ ਡੇਰਾ ਨੇ ਚਲ ਸੱਚ ਸਾਥ ਸੰਗ ਪਾਇਆ ਨਾਨਕ ਤੇ ਜਨਹਿ ਡੋਲਾਇਆ ਆਪਣੇ ਆਪਣੇ ਟਿਕਾਅ ਅਨਸਾਰ ਸੁਰਤ ਸੁਖ ਤੇ ਬਿਸਰਾਮ ਵਿੱਚ ਹੁੰਦੀ ਹੈ ਪਰ ਇੱਕ ਗੱਲ ਯਾਦ ਰੱਖੀ ਪਾਈ ਜਿਉਂ ਜਿਉਂ ਤੂੰ ਲੋਕਾਂ ਨੂੰ ਜਾ ਕੇ ਕਹੇਗਾ ਕਿ ਮੈਂ ਪਰਿਵਾਰ ਹੋ ਆਇਆ ਹਾਂ ਕਿ ਮੈਂ ਮਰ ਕੇ ਦੇਖ ਆਇਆ ਹਾਂ ਅੱਗੇ ਜਾ ਕੇ ਇਹ ਇਹ ਹਾਲ ਹੁੰਦੇ ਹਨ ਤਿਉਂ-ਤਿਉਂ ਲੋਕ ਤੈਨੂੰ ਮਾਹੌਲ ਕਰਨਗੇ ਸਮਾ ਪਛਮੀ ਵਿਦਿਆ ਦਾ ਹੈ ਜਿਸ ਦੀ ਟੇਕ ਹੋਂ ਪਰ ਜੋ ਬੜੀ ਤਰੱਕੀ ਕਰ ਗਈ ਹੈ ਪਰ ਅਸ਼ਾਂਤੀ ਵਧਾ ਰਹੀ ਹੈ ਤੇ ਵੈਰ ਵਿਰੋਧ ਤਰੱਕੀ ਕਰ ਰਹੇ ਹਨ ਔਰ ਡਰ ਹੈ ਕਿ ਪਰਸਪਰ ਟਕਰਾਅ ਹੋਣਗੇ ਔਰ ਇਹ ਤਰੱਕੀ ਨਸ਼ਟ ਕਰਨਗੇ ਵਿਦਿਆ ਮਾੜੀ ਸ਼ੈ ਨਹੀਂ ਪਰ ਹੋਂ ਪਰਿਵਿਧਿਆ ਦਾ ਅੰਤ ਪਰਸਪਰ ਲੜਨਾ ਤੇ ਖਹਿ ਖੇ ਮਰਨਾ ਹੋਇਆ ਕਰਦਾ ਹੈ ਸਿੰਘ ਪਰ ਜੀ ਸਭ ਕੁਝ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਲਿਖਿਆ ਹੈ ਮੇਰਾ ਕੀ ਹੈ ਸਾਈ ਸੱਚ ਸੱਚ ਹੈ ਪਰ ਉਹਨਾਂ ਨੂੰ ਜੋ ਦ੍ਰਿਸ਼ਟਮਾਨ ਦੀ ਵਿਧਿਆ ਪਾ ਜਾਂਦੇ ਹਨ ਇਹਨਾ ਮਾਣ ਹੋ ਜਾਂਦਾ ਹੈ ਕਿ ਉਹ ਦ੍ਰਿਸ਼ਟਾ ਦੀ ਵਿਧਿਆ ਨੂੰ ਕੁਝ ਚੀਜ਼ ਹੀ ਨਹੀਂ ਜਾਣਦੇ ਪਦਾਰਥਾਂ ਦੀਆਂ ਤਾਂ ਸਾਇੰਸਾਂ ਖੋਜ ਕਰ ਰਹੇ ਹਨ ਪਰ ਜੇ ਕਹੋ ਕਿ ਇਹਨਾਂ ਦੀ ਪਦਾਰਥਾਂ ਨੂੰ ਦੇਖਣ ਵਾਲੇ ਇਹਨਾਂ ਦੀ ਖੋਜ ਕਰਨ ਵਾਲੇ ਅੰਦਰ ਬੈਠੇ ਦ੍ਰਿਸ਼ਟਾ ਜੀ ਆਪਣੇ ਆਪੇ ਦੀ ਵਿਦਿਆ ਵੀ ਹੋਣੀ ਜ਼ਰੂਰੀ ਹੈ ਤਾਂ ਹੱਸ ਪੈਂਦੇ ਹਨ ਹੈ ਕਿ ਨਹੀਂ ਅੰਧੇਰ ਦੀ ਸੰਹਾਰ ਦੀ ਸਾਇੰਸ ਦੇ ਕਾਇਲ ਹਨ ਤੇ ਖੋਜਾਂ ਕਰਦੇ ਹਨ ਪਰ ਦੇਖਣ ਹਾਰ ਸਾਇੰਸਾ ਖੋਜਣ ਵਾਲੇ ਦੀ ਆਪਣੀ ਸਾਇੰਸ ਵੱਲੋਂ ਮੂੰਹ ਫੇਰਦੇ ਹਨ ਹੈ ਕਿ ਨਹੀਂ ਮੂਰਖਤਾ ਪਰ ਕਰਨ ਕੀ ਉਹਨਾਂ ਨੂੰ ਹਉ ਬਹੁਤ ਵਿਦਿਆ ਜੋ ਸਤਸੰਗ ਤੋਂ ਬਿਨਾ ਹੁੰਦੀ ਹੈ ਉਹ ਅਕਸਰ ਮਾਇਕ ਉਨਤਵ ਲੈ ਜਾਂਦੀ ਹੈ ਤੇ ਮਾਇਕ ਉਨਤੀ ਹਿੰਦੁਸਤਾਨ ਦੀ ਅੰਤ ਕੈਰਵਾ ਪਾਂਡਵਾ ਨੇ ਪਰਸਪਰ ਜੂਝ ਕੇ ਖੈ ਕੀਤੀ। ਕਿਵੇਂ ਪੱਛਮ ਵਿੱਚ ਹੁਣ ਜੋ ਕੁਝ ਹੋ ਰਿਹਾ ਹੈ ਅੰਤ ਆਪੇ ਵਿੱਚ ਰਹੇਗਾ ਸੋ ਬੀਬਾ ਤੇਰੀ ਦ੍ਰਿਸ਼ਟਾ ਜੀ ਦੀ ਵਿਦਿਆ ਨੂੰ ਟਿਚਕਰਾ ਹੋਣ ਗਿਆ ਸੰਭਲ ਕੇ ਕੰਮ ਕਰੀ। ਇੱਕ ਤਾਂ ਆਪਣਾ ਉਪਦੇਸ਼ ਕਰੀ ਜਾਈ। ਉਸਤ ਤ ਨਿੰਦਿਆ ਮਾਨ ਹਾਨੀ ਤੋਂ ਡਰੀ ਨਾ ਸਹਿਨਸ਼ੀਲਤਾ ਰੱਖੀ ਪਛਮੀ ਵਿਦਿਆਵੀ ਕੁਝ ਸਮਝ ਕੇ ਲੋਕਾਂ ਨਾਲ ਉਹਨਾਂ ਦੀ ਮਤ ਵਿੱਚ ਪੈ ਜਾਣ ਵਾਲੇ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਸਿਖਾਂਗੇ ਜੇ ਕਦੇ ਤੂੰ ਇੱਕ ਨਰਕ ਜਾਂਦੀ ਆਤਮਾ ਦਾ ਰੁਖ ਸੱਚੇ ਮਾਰਗ ਨੂੰ ਮੋੜ ਦਿੱਤਾ ਤੇ ਆਪ ਸਲਾਮਤ ਰਹੇ ਹੁੰਦਾ ਜਨਮ ਸਫਲਾ ਜਾਣੀ ਗੁਰੂ ਜੀ ਨਾ ਪਿਆ ਕਿ ਮੈਂ ਸਾਰੇ ਜਗਤ ਨੂੰ ਕਿਉਂ ਨਹੀਂ ਤਾਰ ਲਿਆ ਫਿਰ ਹੋਰ ਖਿਆਲ ਇਕ ਰੱਖੀ ਐਸਾ ਨਾ ਹੋਵੇ ਕਿ ਤੂੰ ਸੇਵਾ ਉਪਕਾਰ ਜਥੇ ਬੰਦੀਆਂ ਵਿੱਚ ਪੈ ਕੇ ਐਸਾ ਉਲਝੇ ਕਿ ਆਪ ਵੀ ਸਿਮਰਨ ਵੀ ਢੇਲਾ ਹੋ ਜਾਵੇ ਆਪਣਾ ਪਾਰ ਉਤਾਰਾ ਹੀ ਕਠਿਨ ਹੈ ਤੇ ਲੋਕਾਂ ਦਾ ਭਾਰ ਚਾਣਾ ਤਾਂ ਬੜਾ ਭਾਰਾ ਦੁਸ਼ੱਤਰ ਕੰਮ ਹੈ ਕਬੀਰ ਭਾਰ ਪਰਾਈ ਸਿਰ ਚਰੈ ਚਲਿਓ ਚਾਹੇ ਬਾਟ ਆਪਣੇ ਭਾਰੇ ਨਾ ਡਰੇ ਆਗੇ ਔਗਟਕਾਰ ਆਪਣੇ ਮਨ ਤੇ ਪੈਰਾ ਰੱਖੀ ਪਗੜ ਨਹੀਂ ਖਾਣੀ ਆਪ ਜਪਣਾ ਇਹ ਮੁਖ ਕਮ ਹੈ ਰਸ ਵਾਲਾ ਜਪਣਾ ਇਹ ਮੁਖ ਕਮ ਹੈ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਵਿਖੇ ਬਨਫਿਕਾ ਤਿਆਗ ਰੀ ਸਖੀਏ ਨਾਮ ਮਹਾਰਸਪੀਓ ਬਿਨ ਰਸ ਚਾਖੇ ਬੁਢ ਗਈ ਸਗਲੀ ਸੁਖੀ ਨਾ ਹੋਵਤ ਜੀਓ ਇਉਂ ਜਪਦਿਆ ਜਪਾਵੀਂ ਜਾਪਾਂ ਦੇ ਆਪ रुणਣ ਲੱਗੇ ਤਾਂ ਲਾਂਬੇ ਹੋ ਜਾਵੇਂ ਫਿਰ ਰਸwale ਜਾਪ ਵਿੱਚ ਆ ਕੇ ਫਿਰ ਜਪਾਵੇਂ ਫਿਰ ਉਲਝਣ ਪਵੇ ਫਿਰ ਲਾਂਬੇ ਹੋ ਜਾਵੇਂ ਨਹੀਂ ਤਾਂ ਫਸਿਆ ਬੁਰਾ ਸਟਾ ਖਾਂਦਾ ਹੈ ਅਕਸਰ ਨਾਮੀ ਲੋਕ ਪਾਪਾਂ ਵਿੱਚ ਨਹੀਂ ਡਿੱਗ ਕੇ ਫਸਦੇ ਉਹ ਹੋਂ ਪਰੇ ਪਰਉਪਕਾਰਾਂ ਵਿੱਚ ਫਸੇ ਇਤਨਾ ਆਤਮ ਬਲ ਖਰਚ ਕਰਦੇ ਹਨ ਕਿ ਫਿਰ ਫਾਥੇ ਛੁੱਟਦੇ ਨਹੀਂ ਤੇ ਰੂਹ ਤਬਾਹ ਕਰ ਲੈਂਦੇ ਹਨ ਫਿਰ ਨਾ ਜਪਣ ਜੋਗੇ ਰਹਿੰਦੇ ਹਨ ਨਾ ਜਪਾਉਣ ਜੋਗੇ ਤਾਈਂ ਹੁਕਮ ਹੈ ਜੇ ਕੋ ਆਪਣੀ ਓਟ ਸਮਾਰੈ ਜੈਸਾ ਬਿੱਤ ਐਸਾ ਹੋਏ ਵਰਤੇ ਆਪਣਾ ਬਲ ਨਹੀਂ ਹਾਰੇ ਰਹਾਓ ਸੋ ਜਪੀ ਤੇ ਜਪਾਈ ਪਰ ਸਾਵਧਾਨ ਰਹਿ ਕੇ ਸਿੱਖੀ ਦੇ ਤਰੀਕੇ ਅਨਸਾਰ ਟੁਰੀ ਦੂਸਰੇ ਮਤਾਂ ਦੀ ਰੀਸੇ ਟੁਰ ਕੇ ਕਲੇਸ਼ ਪੈਦਾ ਨਾ ਕਰੇ ਸਿੰਘ ਸਦਬਚਨ ਮਹਾਰਾਜ ਜੀ ਪਰ ਮੇਰੇ ਸਿਰ ਤੇ ਹੱਥ ਰੱਖੋਗੇ ਸਾਈ ਹਾਂ ਭਾਈ ਤੇਰੇ ਸਿਰ ਤੇ ਹੱਥ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੋਵੇਗਾ ਮੈਂ ਕੌਣ ਹਾਂ ਜਿਨ੍ਹਾਂ ਦੇ ਸਤਸੰਗ ਵਿੱਚ ਤੂੰ ਨਾਮ ਦਾ ਰਸੀਆ ਹੋਇਆ ਹੈ ਉਹ ਸਤਗੁਰੂ ਦੇ ਪਿਆਰੇ ਪਰਮਾਨ ਸਿੱਖ ਹਨ ਤੇ ਜੀਕੋ ਭੌਰੇ ਕੌਲ ਫੁੱਲਾਂ ਪਰ ਆਸ਼ਕ ਹਨ ਟਿਕੁਰ ਹਰ ਜਨ ਨਾਮ ਰਸੀਆ ਪਰ ਮੋਹਿਤ ਹਨ ਨਾਮ ਰਸੀਏ ਸਿੱਖ ਕੀ ਏਥੇ ਕੀ ਸੰਸਾਰ ਵਿੱਚ ਪਰਸਪਰ ਪਿਆਰ ਨਾਲ ਪਰੋਤੇ ਹੋਏ ਹੁੰਦੇ ਹਨ ਉਹਨਾਂ ਦੁਆਲੇ ਰਸੀਏ ਕੁਮਰ ਪਾਉਂਦੇ ਹਨ ਪਰ ਦੇਖ ਹਰ ਜਨ ਪ੍ਰਭਾਵ ਪਾਉਂਦੇ ਹਨ ਪਰ ਕਿਸੇ ਦੀ ਮਰਜ਼ੀ ਦੀ ਸੁਤੰਤਰਤਾ ਨੂੰ ਕੈਦ ਨਹੀਂ ਪਾਉਂਦੇ ਨੇਕੀ ਬਦੀ ਦੀ ਚੋਣ ਆਪਣੇ ਲਈ ਫੈਸਲਾ ਕਰਨਾ ਕਿ ਮੈਂ ਆ ਕਰਾਂ ਕਿ ਆ ਇਸ ਬੰਦੇ ਨੂੰ ਰੱਬ ਨੇ ਮਨੁੱਖਤਾਈ ਦਾ ਹੱਕ ਬਖਸ਼ਿਆ ਹੈ ਮਨੁੱਖ ਨੂੰ ਰੱਬ ਨੇ ਸੁਰਤ ਮਤ ਮਨ ਦੇ ਦਰਜੇ ਤੋਂ ਲੰਗਾ ਕੇ ਬੁੱਧੀ ਦੇ ਦਰਜੇ ਤੇ ਅਪੜਾਇਆ ਹੈ ਬੁੱਧੀ ਸ਼ੀਲ ਜੀਵ ਨੂੰ ਚੋਣ ਦੀ ਸੁਤੰਤਰਤਾ ਜ਼ਰੂਰੀ ਦਾਤ ਹੈ ਨਹੀਂ ਤਾਂ ਬੁੱਧੀ ਸੁਖ ਦਾਤੀ ਨਹੀਂ ਰਹਿੰਦੀ ਇਸ ਲਈ ਵਾਇਗਰੂ ਨੇ ਬੁੱਧੀ ਤੇ ਚੋਣ ਦੀ ਖੁੱਲ ਦੋ ਦਾਤਾ ਮਨੁੱਖ ਨੂੰ ਦਿੱਤੀਆਂ ਹਨ ਮਨੁੱਖ ਤੋਂ ਏਟਲੇ ਜੀਵਾਂ ਨੂੰ ਚੋਣ ਦੀ ਸੁਤੰਤਰਤਾ ਤੇ ਬੁੱਧ ਨਹੀਂ ਹੈ ਸੁ ਮਨੁੱਖ ਦੀ ਇਹੀ ਸਰਦਾਰੀ ਹੈ ਕਿ ਉਹ ਜੋ ਚਾਏ ਚੁਣੇ ਤੇ ਕਰੇ ਇਸ ਸਰਦਾਰੀ ਨੂੰ ਜੇ ਠੀਕ ਨਾ ਵਰਤੇ ਤਾਂ ਜ਼ਿੰਮੇਵਾਰੀ ਵੀ ਪਾਰੀ ਸੋ ਹਰ ਜਨ ਜਿਨ੍ਹਾਂ ਨੂੰ ਪਿਆਰ ਕਰਦੇ ਹਨ ਉਹਨਾਂ ਨੂੰ ਆਤਮ ਪ੍ਰਭਾਵ ਤੇ ਸਹਾਇਤਾ ਜ਼ਰੂਰ ਦਿੰਦੇ ਹਨ ਪਰ ਉਹਨਾਂ ਦੀ ਸੁਤੰਤਰਤਾ ਵਿੱਚ ਦਖਲ ਨਹੀਂ ਦਿੰਦੇ ਇਹ ਗੱਲ ਸਾਫ਼ ਸਮਝ ਲੈਣੀ ਸੋ ਗੁਰੂ ਪਿਆਰੇ ਸਿੱਖ ਜੀ ਜਾਓ ਹੁਣ ਜਗਤ ਵਿੱਚ ਹੋਸ਼ ਕਰੋ ਤੇ ਉਹ ਗੁਰਸਿੱਖ ਬਣੋ ਜੋ ਆਪ ਜਪਦੇ ਤੇ ਹੋਰਨਾਂ ਨੂੰ ਜਪਾਉਂਦੇ ਹਨ ਹਾਂਜੀ ਫਿਰ ਦੁਹਰਾ ਲਈ ਸੋ ਹਰ ਜਨ ਜਿਨ੍ਹਾਂ ਨੂੰ ਪਿਆਰ ਕਰਦੇ ਹਨ ਉਹਨਾਂ ਨੂੰ ਆਤਮ ਪ੍ਰਭਾਵ ਤੇ ਸਹਾਇਤਾ ਜ਼ਰੂਰ ਦਿੰਦੇ ਹਨ ਪਰ ਉਹਨਾਂ ਦੀ ਸੁਤੰਤਰਤਾ ਵਿੱਚ ਦਖਲ ਨਹੀਂ ਦਿੰਦੇ ਇਹ ਗੱਲ ਸਾਫ਼ ਸਮਝ ਲੈਣੀ ਸੋ ਗੁਰੂ ਪਿਆਰੇ ਸਿੱਖ ਜੀ ਜਾਓ ਹੁਣ ਜਗਤ ਵਿੱਚ ਹੋਸ਼ ਕਰੋ ਤੇ ਉਹ ਗੁਰਸਿੱਖ ਬਣੋ ਜੋ ਆਪ ਜਪਦੇ ਤੇ ਹੋਰਨਾਂ ਨੂੰ ਜਪਾਉਂਦੇ ਹਨ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ